ਵੀ ਰੇਟ ਮਿਲੀ ਜਾਵੇ ਕਣਕ ਜਿੰਨਾਂ ਦਾ ਹੀ ਨਹੀਂ ਪਤਾ ਇਹ ਦੱਸ ਦੇਣਾ ਚ ਹੋ ਜਾ ਉਦੋਂ ਵੀ ਖੜਾ ਫਿਰ ਤਾਂ ਲਾਲਚ ਹੁੰਦਾ ਵੀ ਰੱਖ ਲੋ ਦੱਸ ਦੇ ਮੋਰ ਕਣਕ ਲੇਟ ਕਰ ਲਾਂਗੇ ਦੱਸ ਦੇਣਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਦੋਸਤੋ ਅਕਸਰੀ ਤੁਹਾਨੂੰ ਪਤਾ ਹੈ ਜਿਵੇਂ ਮੈਂ ਕਿਸਾਨਾਂ ਨੂੰ ਨਵੀਂ ਸੇਧ ਦੇਣ ਵਾਲੀਆਂ ਵੀਡੀਓ ਪਾਉਂਦਾ ਰਹਿਣਾ ਤਾਂ ਜੋ ਕਿਸਾਨੀ ਨੂੰ ਨਵੀਆਂ ਲੀਹਾਂ ਤੇ ਲਿਆਂਦਾ ਜਾਵੇ ਤੇ ਕਣਕ ਝੋਨੇ ਵਾਲੀ ਜਿਹੜੀ ਪੈੜਚਾਲ ਹੈ ਜੀਦਾ ਠੀਕ ਆ ਪਹਿਲਾ ਸਮਾਂ ਹੈਗਾ ਸੀਗਾ ਝੂਨੇ ਨੇ ਤੇ ਕਣਕ ਨੇ ਕਿਸਾਨੀ ਨੂੰ ਬਹੁਤ ਕੁਝ ਦਿੱਤਾ ਜੇ ਆਪਾਂ ਇਸ ਨੂੰ ਨਿੰਦੀਏ ਉਹ ਵੀ ਗਲਤ ਗੱਲ ਹੈ ਪਰ ਅੱਜ ਸਮੇਂ ਦੀ ਲੋੜ ਦੇ ਅਨੁਸਾਰ ਇਸ ਦੇ ਵਿੱਚ ਬਦਲਾ ਲੈਉਣ ਦੀ ਜ਼ਰੂਰਤ ਹੈਗੀ ਤੇ ਅੱਜ ਮੈਂ ਪਿੰਡ ਬੁਰਜਟ ਲਵਾਂ ਦੇ ਵਿੱਚ ਕਿਸਾਨ ਵੀਰ ਲਬਜੀਤ ਸਿੰਘ ਤੇ ਉਹਨਾਂ ਛੋਟਾ ਭਰਾ ਵੀ ਆਪਣਾ ਕਿਹਨੂੰ 22 ਜਗਤਾਰ ਸਿੰਘ ਕੋਲ ਖੜਿਆਂਗੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਦੇ ਵਿੱਚ ਇੱਕ ਬਕਰੇ ਤਰੀਕੇ ਨਾਲ ਕੰਮ ਕਰ ਰਹੇ ਨੇ ਉਹ ਕੀ ਕੰਮ ਕਰ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਐਂ ਲਾ ਲਓ ਵੀ ਅੱਜ ਅਗਸਤ ਚੜ ਗਈ 7-8 ਅਗਸਤ ਹੋ ਗਈ ਐਸ ਟਾਈਮ ਖੇਤਾਂ ਦੇ ਵਿੱਚ ਤੁਹਾਨੂੰ ਕੋਈ ਕਿਸਾਨ ਨਹੀਂ ਮਿਲਦਾ ਪਰ ਇਹ ਮਿਹਨਤੀ ਕਿਸਾਨ ਨੇ ਆਪਣੀ ਮਿਹਨਤ ਦਾ ਜਿਵੇਂ ਕਹਿੰਦੇ ਆਂ ਵੀ ਬਲਬੂਤਾ ਆਪਣੀ ਮਿਹਨਤ ਨੂੰ ਮਨਾਉਣ ਦੇ ਲਈ ਖੇਤ ਦੇ ਵਿੱਚ ਮਿਹਨਤ ਕਰ ਰਹੇ ਨੇ ਤੇ ਸਾਨੂੰ ਦੇਖਦੇ ਹੋਏ ਜਦੋਂ ਇਹਨਾਂ ਬਾਰੇ ਪਤਾ ਲੱਗਿਆ ਵੀ ਬਾਈ ਖੁਰੀ ਇਸ ਟਾਈਮ ਦੇ ਵਿੱਚ ਫਸਲ ਚੱਲ ਰਹੀ ਆ ਤਾਂ ਅਸੀਂ ਆਪ ਇਹਨਾਂ ਕੋਲੇ ਪਹੁੰਚੇ ਆ ਤਾਂ ਜੋ ਹੋਰ ਵੀ ਸਾਡੇ ਕਿਸਾਨਾਂ ਨੂੰ ਪਤਾ ਲੱਗੇ ਬਾਈ ਹੱਸੀ ਗਾਲ ਜੀ ਬਹੁਤ ਠੀਕ ਆ ਬਾਈ ਹੋਰ ਠੀਕ ਹੂ ਬਾਈ ਚੜਦੀ ਗਾਲ ਬਈ ਬਾਈ ਬਹੁਤ ਵਧੀਆ ਜੀ ਬਹੁਤ ਤੇ ਘਰ ਪਰਿਵਾਰ ਸਾਰਾ ਸਭ ਵਧੀਆ ਵੀਰੇ ਤੁਸੀਂ ਪਹਿਲਾਂ ਤਾਂ ਇੱਧਰ ਲੈ ਵਸਿਓ ਨਾਲ ਰਹੋ ਬਾਈ ਇਹ ਨਾ ਬਾਈ ਖੁਰਾਂ ਦੇ ਜਵਾਕ ਨੇਗੇ ਤੇ ਕੀ ਨਾਂ ਤੇਰਾ ਬਲ ਨੂੰ ਆਇਆ ਸਾ ਹਰਸ਼ੰਤ ਹਰਸ਼ੰਤ ਹਰਸ਼ਾਨ ਸਿੰਘ ਕਿਹੜੀ ਕਲਾਸ ਚ ਪੜਦਾ ਹੈ 6th 6th ਚ ਤੇ ਤੇਰਾ ਪੁੱਤ ਅਭਿਜੋਤ ਅਭੀ ਜੋਤ ਕਿਹੜੀ ਕਲਾਸ ਚ ਪੜਦਾ ਸਿਕਸ ਤੁਸੀਂ ਦੋਨਾਂ ਨੇ ਸਾਡੇ ਨਾਲ ਨਾਲ ਹੀ ਰਹਿਣਾ ਠੀਕ ਆ ਪ੍ਰੇਮ ਜੇ ਜਵਾਕ ਵੀਡੀਓ ਚ ਨਾ ਆਉਣ ਤਾਂ ਐਂ ਕਹਿ ਦਿਆ ਕਰੀ ਵੀ ਭਾਈ ਜਵਾਕ ਕਿਧਰ ਗਏ ਫੜ ਲਿਓ ਇਹਨਾਂ ਨੂੰ ਠੀਕ ਆ ਤੇ ਜਗਤਾਰ ਭਾਈ ਆਪਾਂ ਗੱਲਬਾਤ ਕਰਦੇ ਆਜੋਨੇ ਆਪਣੇ ਲਈ ਬਾਗ ਦੇ ਵਿੱਚ ਚੱਲਦੇ ਆ ਕਈ ਵਾਰ ਆਪਣੇ ਵੀਰਾਂ ਨੂੰ ਲੱਗ ਜੂ ਵੀ ਯਾਰ ਸੁਖੀ ਗੱਲਾਂ ਵਾਲੀਆਂ ਕਰਦਾ ਪਤੰਦਰ ਤੇ ਵੀ ਦਿਹਾਉਂਦਾ ਕੁਛ ਹੈ ਨਹੀਂ ਹੁਣ ਤੁਸੀਂ ਐਂ ਦੇਖ ਲਓ ਬਾਈ ਇੱਕ ਵਾਰ ਸੇ ਆਪਾਂ ਕਣਕ ਝੋਨਾ ਵੀ ਲੱਗਿਆ ਪਿਆ ਤੇ ਇੱਕ ਪਾਸੇ ਬਾਈਆਂ ਨੇ ਜਿਵੇਂ ਅੱਜਕੱਲ ਮੇਰੀਆਂ ਕਈ ਵੀਡੀਓ ਜਾਲਤੀ ਆ ਰਹੀਆਂ ਨੇ ਮੈਂ ਜੂਪੀ ਦੇ ਵਿੱਚ ਵੀ ਜਾਲ ਦਿਖਾਇਆ ਤੇ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਜਗਤਾਰ ਬਾਈ ਇਹਨੂੰ ਜਾਲ ਨੂੰ ਪਾਈ ਨੂੰ ਕਿੰਨਾ ਸਮਾਂ ਹੋ ਗਿਆ ਬਾਈ ਇਹ ਵੀਰੇ ਪਹਿਲਾਂ ਆਪਾਂ ਇੱਕ ਕਿੱਲੇ ਦਾ ਜਾਲ ਪਾਇਆ ਸੀ ਹਦੋਂ 7-8 ਸਾਲ ਪਹਿਲਾਂ ਠੀਕ ਆ ਬਾਈ ਆਹ ਵਾਲਾ ਠੀਕ ਆ ਬਾਈ ਸਾਨੂੰ ਇਹਦੇ ਵਿੱਚ ਪ੍ਰੋਫਿਟ ਚੰਗਾ ਲੱਗਿਆ ਹੁਣ ਉਹ ਅਸੀਂ ਇੱਕ ਕਿੱਲਾ ਹੋਰ ਵਧਾ ਲਿਆ ਹੁਣ ਇਹ ਪੂਰੇ ਦੋ ਕਿੱਲਾਂ ਦਾ ਜਾਲ ਹੈ ਅੱਛਾ ਇਹ ਪਹਿਲਾਂ ਇੱਕ ਕਿੱਲੇ 'ਚ ਜਾਲ ਸੀਗਾ ਹਾਂ ਸਾਨੂੰ ਵਿੱਚ ਪ੍ਰੋਫਿਟ ਮਿਲਿਆ ਤਾਂ ਅਸੀਂ ਇੱਕ ਕਿੱਲਾ ਹੋਰ ਵਧਾ ਲਿਆ ਠੀਕ ਆ ਤੇ ਇਹਦਾ ਬਾਈ ਜੇ ਆਪਾਂ ਲਾਈਏ ਵੀ ਤੇ ਲੈਂਨ ਤੋਂ ਲੈਂਨ ਦੂਰੀ ਕਿੰਨੀ ਲੱਗੀ ਵੀ ਇਹ ਵੀਰੇ ਜਿਹੜਾ ਆਹ ਖੰਬੇ ਤੋਂ ਖੰਬਾ ਇਹ ਆ ਲੈਂਨ ਆ ਬਣ ਜਾਂਦੀ ਆ ਇਹ 10 ਫੁੱਟ ਦੀ ਦੂਰੀ ਆ ਉੱਥੋਂ ਲੈ ਕੇ ਉਹਦੇ ਤੱਕ ਨਹੀਂ ਨਹੀਂ ਆਹ ਲੈਂਨ ਬਣ ਗਈ ਅਸਾਂ ਆ ਲੈਂਨ ਤੋਂ ਠੀਕ ਆ ਠੀਕ ਤੇ ਇਹ ਜਿਗਜੈਗ ਟੈਪ ਲੱਗਦੇ ਨੇ ਜਿਗਜੈਗ ਟੈਪ ਨੇ ਭਾਈ ਹਾਂ ਇਹ 20 ਫੁੱਟ ਤੇ ਬਣ ਜਾਂਦਾ ਜਾ ਕੇ ਉਹ ਖੰਭਾ ਠੀਕ ਆ ਠੀਕ ਆ ਠੀਕ ਆ ਇਹ 10 ਫੁੱਟ ਤੇ ਖੰਭਾ ਲੱਗਦਾ ਜਾਨੀ ਕਿ ਵੀ ਮਿੱਤਰੋ ਜਿਗਜੈਗ ਟੈਪ ਲਾਇਆ ਬੈਗਾ 10 10 ਫੁੱਟਾਂ ਦਾ ਜਾਲ ਵਜਦਾ 10 ਫੁੱਟ ਵਾਲਾ 10 ਫੁੱਟ ਵਾਲਾ ਹਾਂ ਸਾਈਡ ਸਾਰੀ 10 10 ਫੁੱਟ ਤੇ ਹੁੰਦੀ ਆ ਤੁਸੀਂ ਇੱਕ ਆਹ ਖੰਭਾ 20 ਫੁੱਟ ਤੇ ਆ ਮਿੱਤਰੋ ਉਹ ਲਾਈਨ 20 ਫੁੱਟ ਤੇ ਪਰ ਜਿਹੜਾ ਇਹਦੇ ਬਰੋਬਰ ਆਹ ਖੰਭਾ ਲੱਗਿਆ ਵਿਆ ਜਾਂ ਅੱਗੇ ਆਹ ਖੰਭਾ ਲੱਗਿਆ ਵਿਆ ਇਹ ਐਸ ਹਿਸਾਬ ਤੇ ਲਾਇਆ ਵਿਆ ਵੀ ਇੰਨਾ ਦੋਨਾਂ ਦੇ ਵਿਚਾਲੇ 10 ਫੁੱਟ ਤੇ ਹੋ ਗਿਆ ਪ੍ਰੇਮ ਇਧਰੋਂ ਦਿਖਾ ਦੇ ਮੜਾ ਦੂਰੋਂ ਦਿਖਾ ਦੇ ਵੀ ਇੰਨਾ 20 ਫੁੱਟ ਵਾਲੇ ਖੰਭਿਆਂ ਦੇ ਵਿਚਾਲੇ ਜਿਹੜੀ ਦੂਜੀ ਲਾਈਨ ਆ ਉਹ 10 ਫੁੱਟ ਤੇ ਖੰਭਾ ਹੋ ਗਿਆ ਹਨਾ ਇਹ ਟੋਟਲ ਕਿੰਨੇ ਖੰਭੇ ਲੱਗੇ ਬਈ ਜਗਤਾਰ ਖੰਭੇ ਵੀ ਨਹੀਂ ਇਹ ਜੇ ਸਹੀ 10 ਫੁੱਟ ਤੇ ਪਾਉਣੇ ਆ 240 ਖੰਭੇ ਪੈਂਦੇ ਇਹਦੇ ਚ 240 1 ਏਕੜ ਦਾ ਇਹ ਤਾਂ ਫਿਰ ਮੇਰੇ ਸਾਬ ਨਾਲ ਘਰੇ ਹੀ ਪਸਾਉ ਉੱਚੀ ਫਾਇਦਾ ਬੰਦੀ ਨੂੰ ਹਣਾ ਹਾਂ ਵੀਰੇ ਅਸੀਂ ਮਜ਼ਬੂਤ ਵੀ ਬਣਦੇ ਆ ਤੇ ਮੁੱਲ ਨਾਲੋਂ ਸਸਤੇ ਵੀ ਪੈਂਦੇ ਆ ਮੁੱਲ ਨਾਲੋਂ ਸਸਤੇ ਕਿਉਂਕਿ ਮੋਲਲਾ ਵਾਲਾ ਖੰਭਾ ਤਾਂ ਤੁਹਾਨੂੰ 50 ਕਿਲੋ ਦੇ ਗੇੜ ਤੇ ਮਿਲਦਾ ਤੁਹਾਨੂੰ ਇਹ 9 ਫੁੱਟਾ ਖੰਭਾ ਹੁੰਦਾ ਪੌਣੇ ਨੂੰ 2 ਫੁੱਟ ਥੱਲੇ ਆ ਪੌਣੇ 7 7 ਫੁੱਟ ਦੇ ਲਗ ਭਾਗੇ ਬਾਹਰ ਰਹਿ ਜਾਂਦੇ ਠੀਕ ਹੈ ਬਈ ਤੇ ਆਈ ਉਹਨੇ ਆਪ ਇਹਦੋਂ ਤੋਂ ਹੀ ਚੱਲਦੇ ਆਪਣਾ ਪੱਥਰ ਇਹ ਆਪਾਂ ਨੂੰ 2.5 ਤੋਂ ਪੌਣੇ 300 ਦੇ ਵਿੱਚ ਹੀ ਪੈਂਦਾ ਹੈ ਨਾਲੇ ਮਜ਼ਬੂਤ ਨਾਲੇ 10 ਕਿਲੋ ਜਿਆਦਾ ਨਾਲੇ ਆਪ ਦੀ ਮਰਜ਼ੀ ਦਾ ਆਪ ਦੇ ਵਧੀਆ ਲੋਹੇ ਦਾ ਪਤਹਾ ਆਇਆ ਜਾਂਦਾ ਤੇ ਕਿਉਂਕਿ ਇਹ ਉਮਰ ਪਰ ਵਾਲਾ ਕੰਮ ਹੁੰਦਾ 20 ਸਾਲ ਦਾ ਕੰਮ ਹੈ ਇਹਦੇ ਮਤਲਬ ਬਈ 240 ਤਖੰਬੇ ਲਾਗੇ ਤੇ ਵਿਚੀ ਤਾਰ ਲਾ ਕੇ ਜੇ ਆਪਾਂ ਖਰਚੇ ਲਾਈਏ ਵੀ ਕਿੰਨਾ ਖਰਚਾ ਹੈ ਖਰਚਾ ਵੀ ਇਹ ਮੰਗਾਈ ਦਾ ਹਸਾਬ ਕਿਤਾਬ ਆ ਦੇਖ ਬਾਦੀ ਘਾਟਦੀ ਰਹਿੰਦੀ ਹੈ ਵੀ ਵੈਸੇ ਵੀ ਜੇ ਮੈਂ ਐਸਟੀਮੇਟੀਆ ਗੱਲ ਦੱਸਦਾ ਵੀ ਉਦੋਂ ਲੱਗ ਭੱਗ 1.5 ਲੱਖ ਰੁਪਏ ਦੇ ਆਉਂਦਾ ਖਰਚਾ ਉਸ ਟਾਈਮ ਡੀੜ ਰੱਖ ਲੱਗਿਆ ਸੀ ਹਾਂ ਅੱਜ ਕੱਲ ਪੌਣੇ 2 ਦਿਨੇ ਡੇੜੇ ਵੀ ਚੱਲ ਜਾਂਦਾ ਪੌਣੇ 2 ਲਾਲੂ ਦੂ ਲਾਲੂ ਹੋ ਗਿਆ ਹਾਂ ਉਸ ਤੋਂ ਬਾਕੀ ਮਟੀਰੀਅਲ ਉਹਦਾ ਕਹੇ ਜਾ ਬੈਂਕੀ ਸਭ ਤੋਂ ਮਹਿੰਗੀ ਹੋ ਜਾਂਦਾ ਵੇਖੋ ਉਹਦਾ ਵਧੀ ਜਾਂਦਾ ਬਾਕੀ ਇੱਕ ਇਹ ਚੀਜ਼ ਦਾ ਫਰਕ ਜ਼ਰੂਰ ਪੈ ਜਾਂਦਾ ਜਿਵੇਂ ਇੱਕ ਕਿਲਾ ਲਾਉਣਾ ਉਹਦੇ ਤੇ ਜਿਵੇਂ ਥੋੜਾ ਪਾਉਣੇ 2 ਲੱਖ ਖਰਚਾ ਢਲੂਗਾ ਜੇ ਇਕੱਠੇ ਦੋ ਲਾਉਣੇ ਆ ਤਾਂ ਥੋੜਾ ਤਿੰਨ ਚ ਵੀ ਪੈ ਜੂ ਤਾਂ ਢੂੜਕ ਲੱਖ 20 30 ਹਜ਼ਾਰ ਦਾ ਦੋ ਕਿੱਲੇ ਨਾਲ ਇਕੱਠੇ ਹਰਕ ਫਰਕ ਪੈ ਜੂ ਹਰ ਕੋ ਚੀਜ਼ ਨਾ ਪੈਂਦਾ ਜਿਵੇਂ ਉਹ ਸਾਈਡ ਤੇ ਖਿੱਚਾਂ ਇੱਕ ਤਾਂ ਉਹ ਖਰਚਾ ਵੱਧ ਜਾਂਦੀਆਂ ਉਹ ਘਟ ਜਾਂਦੀਆਂ ਉਹ ਘਟ ਜਾਂਦੀਆਂ ਕਿੱਥੇ ਦਾ ਕਿੱਲੇ ਤੇ ਚਾਰ ਪੈਣੀਆਂ ਜੇ ਦੋ ਦਾ ਇਹ ਲਾਇ ਸਾਡੀਆਂ 6 5 ਹੋਈਆਂ ਦੋ ਦੋ ਦਾ ਖਿੱਚਾਂ ਘਟ ਗਈਆਂ ਨੇ ਹਾਂ ਉਹ ਵੀ ਫਰਕ ਪੈ ਜਾਂਦਾ ਬਿਲਕੁਲ ਬਾਈ ਬਿਲਕੁਲ ਤੇ ਇਹਦੀ ਉਮਰ ਬਾਈ ਬਹੁਤ ਹੋ ਜਾਂਦੀ ਹੈ ਮੈਂ ਉੱਥੇ ਬੁਰਜਮਾਨਸਾਲਿਆਂ ਦੇਖਿਆ ਦੀ ਉਹ ਕਹਿੰਦੇ 35 ਸਾਲ ਤੋਂ ਅਸੀਂ ਅੰਗੂਰਾਂ ਦੀਆਂ ਬੇਲਾਂ ਤੋਂ ਕੰਮ ਲੈਂਤਾ ਕਹਿੰਦੇ ਸਾਡੇ ਬਾਪੂ ਘਰੇ ਨੇ ਬਾਈ ਕਹਿੰਦੇ 85 ਜਿਹਾ ਲਾਇਆ ਦੀਗਾ ਤੂੰ ਨਾਲਾ ਵੀ ਉਦੋਂ ਕੁਝ ਲੋਹਾ ਵੀ ਵਧੀਆ ਤੌਰ ਤਰੀਕੇ ਦਾ ਆਉਂਦਾ ਹੋਊਗਾ ਹਨਾ ਤੇ ਉਹਨਾਂ ਦਾ ਮਤਲਬ ਤੁਸੀਂ ਤਾਂ ਦੇਖਿਆ ਵੀ ਵੱਡੇ ਵੱਡੇ ਪੱਧਰ ਤੇ ਲੱਗਿਆ ਹੋਇਆਗਾ ਤੇ ਇਹਦੇ ਵਿੱਚ ਬਾਈ ਖਰਚੇ ਇਦਾਂ ਗੱਲ ਹੋ ਗਈ ਹੁਣ ਇਹਦੇ ਵਿੱਚ ਫਸਲ ਕੀ ਕੀ ਲੈਂਦੇ ਹੋ ਜਿਵੇਂ ਇਸ ਟਾਈਮ ਤੁਹਾਡੇ ਕੋਲੇ ਕਦੂ ਤੇ ਤੋਰੀ ਚੱਲ ਰਹੀ ਹੈ ਬਾਬਰੇ ਇਹਦੇ ਵਿੱਚ ਇਹ ਮਿਡ ਅਪ੍ਰੈਲ ਤੋਂ ਸਟਾਰਟਿੰਗ ਮਈ ਤੱਕ ਠੀਕ ਆਪ ਦਾ ਹਸਾਬ ਕਿਤਾਬ ਉਹ ਤਾਂ ਆਪਾਂ ਦੇਖਣਾ ਵੀ ਥੋੜੀਆਂ ਗੇਤੀਆਂ ਫਸੇਤੀਆਂ ਕਿਉਂਕਿ ਆਪਾਂ ਫਸਲ ਦੇਖਣੀ ਹੈ ਕਦੋਂ ਕ ਲੈਣੀ ਹੈ ਆਪਾਂ ਹਾਂ 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 ਉਸ ਹਸਾਬ ਨਾਲ ਇਹ ਸਟਾਰਟ ਚੱਲਦਾ ਤੇ ਲੰਬਾ ਬਹੁਤ ਚੱਲੇ ਜਾਂਦਾ ਇੱਕ ਤਾਈ ਠੀਕ ਹੈ ਹੁਣ ਇਹ ਲਗਭਗ ਤੁਸੀਂ ਐਂ ਲਾ ਲਓ ਵੀ ਨਵੰਬਰ ਚ ਜਾ ਕੇ ਇਹ ਜੇ ਤਾਂ 10-20 ਰੁਪਏ ਰੇਟ ਮਿਲੀ ਜਾਵੇ ਕਣਕ ਜਿੰਨਾਂ ਦਾ ਹੀ ਨਹੀਂ ਪਤਾ ਇਹ ਦਸ ਦੇਣਾ ਚ ਹੋ ਜਾ ਉਹਦੋਂ ਵੀ ਖੜਾ ਹਾਂ ਹਾਂ ਫਿਰ ਤਾਂ ਲਾਲਚ ਹੁੰਦਾ ਵੀ ਰੱਖ ਲਓ ਦਸ ਦੇਣਾ ਕਣਕ ਰੇਟ ਕਰ ਲਾਂਗੇ ਦਸ ਦੇਣਾ ਤੇ ਨਹੀਂ ਨੋਰਮਲ ਇਹ ਮੰਨ ਕੇ ਚੱਲੋ ਵੀ ਇਹ ਮਿਡ ਜਲਾਈ ਦੇ ਲਗਭਗ ਸਟਾਰਟ ਹੋ ਜਾਂਦਾ ਇਹ ਤੇ ਨਵੰਬਰ ਤਹ ਚੱਕ ਜਾਂਦਾ ਇਹ ਮਾ ਮਤਲਬ ਅੱਜ 5 5 6 ਮਹੀਨੇ ਚੱਲ ਜਾਂਦਾ ਹਨਾ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਮਤਲਬ ਬਹੁਤ ਲੰਬਾ ਪੰਜ ਨੂੰ ਵੀ ਪੰਜ ਮਹੀਨੇ ਫਸਲ ਦਿੰਦੀ ਹੈ ਤੇ ਹੁਣ ਲਾ ਲਓ ਤੁਸੀਂ ਮਿੱਤਰੋ ਮੋਟੀ ਜੀ ਗੱਲ ਯਾਦ ਰੱਖਿਓ ਵੀ ਤੀਆਂ ਦੇ ਲਵੇ ਲਾਉਣੇ ਰਖੜੀ ਦੇ ਲਵੇ ਲਾਉਣੇ ਆਪਾਂ ਇਹ ਵੀਡੀਓ ਬਣਾਈ ਆ ਇਸ ਟਾਈਮ ਬਾਈ ਹੈ ਦੋਨੇ ਕਿਲੇ ਸਵਾ 2 ਲੱਖ ਦੇ ਵਿੱਚ ਤੇ ਹਾਂ ਇਦੋਂ ਪਹਿਲਾਂ ਇਦੋਂ ਪਹਿਲਾਂ ਬਾਈ ਕਹਿੰਦਾ ਵੀ ਦੋਨੇ ਕਿਲੇ ਸਵਾ 2 ਲੱਖ ਦੇ ਬੇਸ ਤੇ ਬਾਕੀ ਖਰਚਾ ਪੱਤਾ ਅਖੀਰ ਤੇ ਜਾ ਕੇ ਹਿਸਾਬ ਹੋ ਜਾਂਦਾਗਾ ਹਨਾ ਚਲ ਜੇ ਆਪਾਂ ਖਰਚਾ ਕੱਢ ਕੇ ਵੀ ਕਹੀਏ ਜੇ ਆਪਾਂ ਨੂੰ ਕਣਕ ਝੋਨੇ ਨਾਲੋਂ ਫੇਰ ਵੀ ਜਿੱਥੋਂ ਤੱਕ ਮੈਂ ਹਿਸਾਬ ਲਾਉਣਾ ਵੀ ਝੋਨੇ ਨਾਲੋਂ ਠੀਕ ਹੈ। ਨਹੀਂ ਆਪਾਂ ਮੈਂ ਕੋ ਦੱਸਦਾ ਤੁਹਾਨੂੰ ਕੋਹ ਗੱਲਾਂ ਆਪਾਂ ਐਂ ਹੀ ਕਰ ਦਿੰਨੇ ਆ ਹਨਾ। ਠੀਕ ਹੈ। ਇੱਕ ਇਹਦੇ 'ਚ ਝੂਠ ਬਹੁਤ ਨੇ ਹਨਾ। ਜਿਵੇਂ ਹੁਣ ਬਾਈਆਂ ਨੂੰ ਬਹੁਤ ਨੂੰ ਐ ਲੱਗੂ ਤੈਨੂੰ ਸੁਣ ਕੇ ਕਮੈਂਟ ਵੀ ਕਰਨਗੇ ਵੀ ਯਾਰ ਵੀ ਉਹੀ ਛੱਡੀ ਜਾਂਦੇ ਇੰਦੀ ਕਮਾਈ ਨਹੀਂ ਹੈਗੀ। ਹਨਾ ਇਹਦਾ ਇੱਕ ਤਾਂ ਚੱਕਰ ਇਹ ਹੁੰਦਾ ਵੀ ਨਾਰਮਲ ਜਾਂ ਮੰਨ ਕੇ ਚੱਲੋ ਸਾਰੀ ਵੇਖਦੇ ਆ ਆਹ ਰੋਤ ਤੁਸੀਂ ਖੁਦ ਜਾਣਦੇ ਹੋ। ਥੱਲੜੀ ਸਬਜ਼ੀ ਮੀਹਾਂ ਨਾਲ ਲੱਗ-ਬੱਗ ਖਤਮ ਹੋ ਗਈ। ਮੇਰੇ ਖੁਦ ਭਈ ਆਪਦੇ ਖੇਤ ਲਈ ਵੀ ਐ। ਤੇ ਨਹੀਂ ਮੈਂ ਬਹੁਤ ਕੇਅਰ ਨਾਲ ਵੀ ਉੱਚੇ ਥਾਂਵੇਂ ਲਾਈ ਗਏ ਵੀ ਮੀਂਹ ਦਾ ਹੋ ਜੇ ਇੱਕ ਕੱਦੂ ਵੀ ਨਹੀਂ ਲੱਗ ਰਿਹਾ ਤੇ ਕੱਦੂ ਝਾੜਦਾ ਬਹੁਤ ਫਰਕ ਪੈਂਦਾ ਝਾੜ ਹੁਣ ਝੂਠ ਵਾਲਾ ਕੰਮ ਹੀ ਹੋ ਜਾਂਦਾ ਝਾੜਦਾ ਇੱਕ ਦਿਨ ਚ 7-7 ਕਵਾਟਲ ਵੀ ਲਾਉਂਦੇ ਰਹੇ ਉਹ ਤੁਹਾਡੇ ਸਾਹਮਣੇ ਪਿਆਗਾ ਹਣਾ ਤੇ ਬਾਕੀ ਰੇਟ ਵਾਲਾ ਡਿਪੈਂਡ ਕਰਦਾ ਕਿਉਂਕਿ ਰੇਟ ਆ ਜਾਂਦਾ ਔਰ ਉੱਥੇ ਲੱਗ ਪੱਗ ਹੁਣ ਦੀ ਐ ਲਾ ਲਓ ਜਿੱਦੇ ਸਾਡੇ ਕੋਲੇ ਅਸੀਂ ਮਤਲਬ 20-30 ਮੈਂ ਨਹੀਂ ਤੁਹਾਨੂੰ ਕਹਿੰਦਾ ਆ ਹਫਤੇ ਦੀ ਵਿੱਚ ਹੀ ਇਹ ਲੱਖ ਰੁਪਏ ਦੇ ਲੇੜੇ ਜਾ ਵੜਿਆ ਕਿਉਂ ਵੜਿਆ ਕਿਉਂਕਿ 65 ਰੁਪਈਆ ਦੇ ਰੇਟ ਵੀ ਵਗ ਗਿਆ ਸੀ ਹੁਣ ਤੋਂ ਲ ਅੱਜ ਤੱਕ ਸਹੀ ਗੱਲ ਨਵੇਂ ਸਾਨੂੰ ਆਪਾਂ ਦਿਖਾਉਣਾ ਜਿਹੜੇ ਬਾਈ ਨੇ ਕਿਹਾ ਵੀ ਦੁਬਲੇ ਤੋੜੇ ਪਏ ਨੇਗੇ ਉਹ ਪਹਿਲਾਂ ਆਪਾਂ ਐਡ ਕਰਨੇ ਰਹਿ ਗਏ ਵਿੱਚੋਂ ਤੇ ਬਾਕੀ ਜਾਲ ਦੀ ਵੀਡੀਓ ਤੁਸੀਂ ਉੱਪਰ ਕਵਰ ਦੇਖੀ ਜਾਂਦੇ ਹੋਗੇ ਕਵਰ ਕਲਿੱਪ ਦੇ ਵਿੱਚ ਲੱਗੀ ਹੋਈ ਹੈਗੀ ਤੇ ਆਹ ਇਦੋਂ ਪਹਿਲਾਂ ਬਾਈ ਹੁਰੀ ਨੇ ਤੋੜੇ ਵੀ ਆ ਗਏ ਤੇ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਬਾਈ ਹੁਰੀ ਜਿਹੜਾ ਬਜਟ ਲਵਾਉਂਦਾ ਫੈਰੋਂ ਫਾਰਮਰ ਜੀ ਗਰੁੱਪ ਚੱਲਦਾ ਹਨਾ ਬਾਈ ਤੇ ਉਹਦਾ ਹੀ ਬਾਈ ਮੈਂਬਰ ਆ ਜਿਹੜਾ ਗਰੁੱਪ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਗਰੁੱਪ ਦਾ ਪੰਜਾਬ ਦੇ ਵਿੱਚ ਮਿੱਤਰੋ ਪੂਰਾ ਵਧੀਆ ਨਾ ਤੇ ਇੰਜੀਨੀਅਰ ਅਸ਼ੋਕ ਕੁਮਾਰ ਜੀ ਇਹਨਾਂ ਦੇ ਟੱਚ 'ਚ ਰਹਿੰਦੇ ਨੇ ਤੇ ਇਹਨਾਂ ਨੂੰ ਗਾਈਡ ਕਰਦੇ ਨੇਗੇ ਤੇ ਪੀਏਯੂ ਦੇ ਨਾਲ ਬਾਈ ਹੁਣੇ ਜੁੜੇ ਵਿਆਗੇ ਤੇ ਆਹ ਕੱਦੂ ਬਾਈ ਤੁਹਾਡੇ ਸਾਹਮਣੇ ਰੁੱਟੇ ਵਿਆਗੇ ਤੇ ਬਾਕੀ ਦੂਜੇ ਦੂਬਾ ਤੋੜਨੇ ਆਗੇ ਜਗਤਾਰ ਬਾਈ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਦੱਸਿਆ ਹਨ ਵੀ ਲੋਕ ਥੱਲੇ ਕਮੈਂਟ ਕਰਦੇ ਆ ਵੀ ਨਹੀਂ ਪੈਸੇ ਬਚਦੇ ਉਹ ਅਸਲ 'ਚ ਕਿਹੜੇ ਬੰਦੇ ਹੁੰਦੇ ਆਗੇ ਜਿਵੇਂ ਮੈਂ ਪਹਿਲਾਂ ਬਾਈ ਕੋਲੇ ਗੱਲ ਕਰਕੇ ਹਟਿਆ ਜਿਹੜੇ ਬੰਦੇ ਸੱਥਾਂ ਦੇ ਵਿੱਚ ਨਹੀਂ ਬੈਠੇ ਉਹ ਵੀ ਹੁੰਦੇ ਆ ਵੀਰੇ ਵਿੱਚ ਨਾ ਮੈਂ ਤੈਨੂੰ ਨਾਰਮਲ ਆਪਾਂ ਚੱਲ ਅੱਜ ਵਧੀਆ ਖੁੱਲ ਕੇ ਗੱਲ ਕਰਦੇ ਆ ਵੀ ਵਿੱਚ ਬੰਦੇ ਵਿਚਾਰੇ ਸਫਲ ਹੋ ਵੀ ਜਾਂਦੇ ਆ ਯਾਰ ਕੋਈ ਚੱਕਰ ਨਹੀਂ ਹੈ ਨਾ ਇੱਕ ਤਾਂ ਨਾ ਅਸੀਂ ਤਾਂ ਜਿਹੜੇ ਲੋਟ ਸਾਡਾ ਤਜਰਬਾ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਪਹਿਲਾਂ ਦੇਖੋ ਇਹ ਬ੍ਰਦਰ ਇਹ ਦਾਮ ਕਰਕੇ ਨਾ ਇਹ ਖੇਤੀਬਾਨੀ ਹੋ ਗਿਆ ਠੀਕ ਹੈ ਬਾਈ ਅਸੀਂ 2002 ਦਾ 3 ਅਸੀਂ ਸਬਜ਼ੀ ਸਟਾਰਟ ਕਰ ਲਈ ਤੇ ਆਪਣੇ ਦੂਜੇ ਤਾਹੇ ਦਾ ਮੁੰਡਾ ਟੱਚ ਸੀ ਯੂਨੀਵਰਸਿਟੀ ਦੇ ਠੀਕ ਹੈ ਅਸੀਂ ਵਾਖ ਖੇੜਾ ਨਹੀਂ ਛੱਡਿਆ ਖੇੜਾ ਹੀ ਨਹੀਂ ਪਤਾ ਕੀ ਆ ਸਬਜੀ ਲਾ ਲਓ ਵੇਹ ਤਾਂ ਕੋਈ ਬਿਜ਼ਨਸ ਹੀ ਆ 2-3 ਸਾਲ ਚੀਜ਼ ਭਾਲਦੀ ਆ ਹੁਣ ਤੁਸੀਂ ਲਾ ਲਓ ਇੱਕ ਲਾ ਲਓ ਸਾਨੂੰ ਜੇ ਆ ਪਹਿਲੇ ਜਾਲ ਚ ਪ੍ਰਾਪਰਟੀ ਹੋਇਆ ਸੀ ਮਨ ਲਓ 10 ਲੱਖ ਰੁਪਿਆ ਬਚ ਗਿਆ ਅਜਿ ਪੌਣੇ 2 ਲੱਖ ਰੁਪਿਆ ਫਿਰ ਜਾਲ ਤੇ ਲਾਇਆ ਵੀ ਬੱਲੇ ਹੋ ਗਿਆ ਅਗਲਾ ਕੁਝ ਹਰ ਬੱਲੇ ਪੈ ਗਿਆ ਉਹਦਾ ਫਿਰ ਲਾਉਣਾ ਪਿਆ ਬੱਲੇ ਪੈ ਗਿਆ ਠੀਕ ਹੈ ਨਾ ਪਰ ਸਾਡਾ ਕੰਮ ਵੀ ਵਧਿਆ ਨਾ ਉਹ ਵੀ ਦੇਖੋ ਦੋ ਗਿੱਲਿਆਂ ਚ ਵਾਗ ਗਿਆ ਉਹ ਕੰਮ ਬਿਲਕੁਲ ਠੀਕ ਹੈ ਨਾ ਤਿੰਨ ਕਥਾਲ ਤਾਂ ਸਬਜ਼ੀ ਜਮਾ ਪਿੱਛਾ ਭਾਲਦੀ ਐ ਵੀ 6 ਕਫਸਲਾਂ ਦਾ ਤੁਸੀਂ ਆਏ ਵਾਰ ਲਾਈ ਚੱਲੋ ਲਾਈ ਚੱਲੋ 6 ਵਸਲਾਂ ਸਾਲ ਚ ਇੱਕ ਸਾਲ ਚ ਦੋ ਆਗੀਆਂ 6 ਫਸਲਾਂ ਦਾ ਤੁਸੀਂ ਲੋ ਘਟੋ ਘਟ ਪਿੱਛਾ ਕਰਦੀ ਐ ਚੀਜ਼ ਹੁਣ ਸਰਦੀਆਂ ਚ ਲਾਉਣੇ ਆ ਸੀ ਹੁਣ ਅਸੀਂ ਦੋਨੇ ਦਿਨੇ ਭਰਾ ਇੱਥੇ ਦੂਜੇ ਸਾਡੇ ਅਸੀਂ 10 ਕਿੱਲੇ ਠੀਕ ਹੈ ਠੀਕ ਹੈ ਮੈਂ ਵੀ ਲਾਉਂਗਾ ਚਾਰ ਪੰਜ ਕਿੱਲੇ ਇਹ ਵੀ ਲਾਉਗਾ ਉਹਦਾ ਖਰਚਾ ਹੁਣ ਦੂਦ ਲਾ ਲੋ ਲੋ ਟੰਨਲ ਦੇ ਕਾਗਜ਼ ਵੀ ਪਾਉਗਾ ਤਾਰ ਆਉ ਨਮੀ ਬੀਮ ਇਹ ਸਰਦੀ ਸਰਦੀਆਂ ਦੇ ਵਿੱਚ ਹੁਣ ਕੀ ਲਾਉਣੇ ਹੋਗੇ ਦੂਬਾ ਇਹਦੇ ਵਿੱਚ ਹੀ ਲਾਉਂਗੇ ਜਾਂ ਕੁਝ ਹੋਰ ਲਾਉਂਗੇ ਨਹੀਂ ਵੀਰੇ ਇਹਦੇ ਚ ਸਾਡਾ ਇਰਾਦਾ ਹੈਗਾ ਲਗਭਗ ਅੱਧਾ ਤਾਂ ਗੋਭੀ ਕਰਨ ਦਾ ਹੈਗਾ ਅੱਛਾ ਜੇ ਆਪਾਂ ਵੈਸੇ ਹੀ ਗੱਲ ਕਰੀਏ ਬਾਈ ਚ ਸਰਕਲ ਦੀ ਹੈਨਾ ਜਿਵੇਂ ਹੁਣ ਤਾਂ ਤੁਸੀਂ ਕਹਿੰਦੇ ਆਹ ਚੱਲੀ ਜਾਂਦੀ ਹੈ ਇਹ ਇਹਦੀ ਬਿਜਾਈ ਕਦੋਂ ਹੋਈ ਸੀ ਅਪ੍ਰੈਲ ਦੇ ਵਿੱਚ ਅਪ੍ਰੈਲ ਅਪ੍ਰੈਲ ਦੇ ਵਿੱਚ ਇਹਦੀ ਬਿਜਾਈ ਤੇ ਤੂਰੀਆਂ ਤੇ ਕਦੂ ਦੀ ਬਿਜਾਈ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਤਾਂ ਚੜੀ ਜਾਂਦੇ ਹੋਗੇ ਫਿਰ ਜਿਹੜਾ ਅੱਗੇ ਸਿਆਰ ਵਾਲੀ ਆਊਗੀ ਫਸਲ ਹੁਣ ਨਵੰਬਰ ਆਪਾਂ ਕਹ ਜੀ ਬੀ ਨਵੰਬਰ ਤੱਕ ਹੀ ਖਤਮ ਹੋ ਜੂ ਫਿਰ ਉਸ ਤੋਂ ਬਾਅਦ ਇਹ ਚ ਕਣਕ ਆਊ ਜਾਂ ਕੋਸੋ ਆਊਗਾ ਕਣਕ ਅੱ비 ਵੀ ਕਣਕ ਵੀ ਬਹੁਤ ਵਧੀਆ ਹੁੰਦੀ ਹੈ ਕੋਈ ਚੱਕਰ ਨਹੀਂ ਹੈ ਨਾ ਬਿਨਾਂ ਰੇਤੋ ਵੀ ਹੋ ਜਾਂਦੀ ਹੈ ਕਿਉਂਕਿ ਪਹਿਲਾਂ ਖਰਾਕ ਜ਼ਿਆਦਾ ਹੁੰਦੀ ਹੈਗੀ ਸਮਝੀ ਵੱਧ ਰੇਤ ਦਾ ਡੇਗਦੀ ਹੈ ਉਹਨੂੰ ਠੀਕ ਹੈ ਤੇ ਹੁਣ ਸਾਡਾ ਐ ਵੀ ਅੱਧਾ ਅਸੀਂ ਗੋਭੀ ਦਾ ਰੱਦ ਹੈ ਦਸਵੇਂ ਮਹੀਨੇ ਚ ਠੀਕ ਹੈ ਠੀਕ ਹੈ ਕਿਉਂਕਿ ਉਹ ਸਾਡਾ ਮੂਰੇ ਵਾਹਣ ਫੇਰ ਛੇਤੀ ਵੇਲਾ ਹੋ ਜਾਊਗਾ ਫਿਰ ਬੰਦਾ ਸਾਡੀਆਂ ਟਾਈਮ ਨਾਲ ਪੋ ਕਣਕ ਵਾਲਾ ਟਾਈਮ ਕੀ ਆ ਕਣਕ ਵਾਲਾ ਅਪ੍ਰੈਲ ਚ ਆਪਾਂ ਗਣਕ ਵੜਦੇ ਆ ਨਾਲ ਦੀ ਨਾਲ ਐ ਬਹਾਂ ਨੂੰ ਮਾੜੀ ਮੋਟੀ ਜਿਵੇਂ ਆਪਾਂ ਕਹਿੰਦੇ ਵਿਹਲਾ ਹੜਲੀ ਹਵਾ ਲਵਾਉਣ ਦਾ ਹਟਾ ਬੰਦਾ ਉਹ ਹੁੰਦਾ ਵੀ ਯਾਰ ਇੱਕੇ ਦਾ ਜ਼ੋਰ ਬਾਰੀ ਜਾਣਾ ਬਹਣ ਇਹ ਤਿੰਨ ਚਾਰ ਥਾਲਾਂ ਬਾਅਦ ਕੱਲੂ ਕੱਦੂ ਦੀ ਵੱਲ ਨਾਲ ਘਟ ਜਾਂਦੀ ਐ ਮੱਚਣ ਲੱਗ ਜਾਂਦੀ ਐ ਠੀਕ ਹੈ ਹਾਂ ਉਹਦਾ ਚੱਕਰ ਹੁੰਦਾ ਫਿਰ ਕੱਲੀ ਤੋਰੀ ਹੋਣ ਲੱਗ ਜਾਂਦੀ ਹੈ ਨਹੀਂ ਕਦੂ ਹੋਈ ਜਾਂਦਾ ਠੀਕ ਹੈ ਤੇ ਜਿਹੜਾ ਬੀਜ ਹੈਗਾ ਬਾਈ ਇਹ ਵੀ ਦੇਸੀ ਲਾਉਣੇ ਹੋ ਜਾਂ ਹਾਈਬ੍ਰਿਡ ਕਿਸੇ ਦਾ ਇਹਦੇ ਵਿੱਚ ਜਿਹੜੀ ਤੋਰੀ ਹੈ ਇਹਦੇ ਵਿੱਚ ਅਸੀਂ ਕੋਹ ਨਾ ਕੋਹ ਦੇਸੀ ਲਾਉਣੇ ਆ ਕੱਲੀ ਤੋਰੀ ਇਹ ਆ ਕਦੂ ਹਾਈਬ੍ਰਿਡ ਹੈ ਕਦੂ ਹਾਈਬ੍ਰਿਡ ਹੈ ਠੀਕ ਹੈ ਸੋ ਦੋਸਤੋ ਬਾਈ ਨੇ ਆਪਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਹੈਗੇ ਤੇ ਜਗਤਾਰ ਬਾਈ ਕਿਹੜਾ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਜਿਹੜੇ ਵੀ ਵੀਰਾਂ ਨੇ ਕੋਈ ਗੱਲਬਾਤ ਪੁੱਛਣੀ ਆ ਤਾਂ ਬਾਈ ਨੂੰ ਬਈ ਤੁਸੀਂ ਦੇ ਸਕਦੇ ਹੋ ਫੋਨ ਹਾਂ ਹਾਂ ਵੀਰੇ ਕੋਈ ਤੇ ਬਾਈ ਦਾ ਫੋਨ ਨੰਬਰ ਪੁੱਛ ਲਓ ਤੇ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਜਿਹੜੇ ਆਪਣੇ ਖਾਸ ਕਰਕੇ ਛੋਟੇ ਕਿਸਾਨ ਨੇ ਤੁਸੀਂ ਚਾਹੇ ਨਹੀਂ ਵੀ ਮੰਨ ਲਓ ਬੰਦਾ ਕਿੱਲੇ ਤੇ ਜਾਲ ਲਾ ਸਕਦਾ ਨਾ ਵਿੱਗੇ ਵਿੱਗੇ ਤੋਂ ਸ਼ੁਰੂ ਕਰਕੇ ਵਧਾਉਂਦੇ ਜਾਓ ਸੋਨੂੰ ਫਸਲ ਦਾ ਪੀ ਪਤਾ ਲੱਗ ਜਾਣਾ ਵੀ ਫਸਲ ਦਾ ਕੀ ਮੁੱਲ ਦਾ ਤੇ ਕੀ ਹੋਊਗਾ ਜਗਤਾਰ ਬਾਈ ਤੁਹਾਡਾ ਮੋਬਾਈਲ ਨੰਬਰ ਦੇ ਦਿਓ ਬਾਈ ਸਾਡੀ ਵੀਰੇ 9463075800 ਦੂਜਾ ਨੰਬਰ ਹੈਗਾ 9872923322 ਠੀਕ ਹੈ ਤੇ ਜੇਕਰ ਕਿਸੇ ਵੀਰ ਨੇ ਬਾਈ ਦੇਖ ਕੇ ਜਾਣਾ ਹੋਵੇ ਤਾਂ ਆਪਣੇ ਪਿੰਡ ਦੀ ਲੋਕੇਸ਼ਨ ਕਿੱਥੇ ਜਾ ਜਾਂਦੀ ਹੈ ਲੋਕੇਸ਼ਨ ਵੀਰੇ ਆਪਣਾ ਪਿੰਡ ਬਠਿੰਡੇ ਤੇ ਮਾਨਸਾ ਤੇ ਬਰਨਾਲੇ ਦੇ ਤਿੰਨਾਂ ਦੀ ਹੱਦ ਪੈਂਦੀ ਹੈ ਇੱਥੇ ਠੀਕ ਹੈ ਜਿਹੜਾ ਆਪਣੀ ਮਾਨਸਾ ਬਰਨਾਲਾ ਰੋਡ ਹੈ ਉਹ ਤੋਂ 8 ਕਿਲੋਮੀਟਰ ਲਹਿਮਾ ਜੋਗੇ ਰੱਲੇ ਤੋਂ ਉਥੋਂ ਅਕਲ ਹੀ ਆ ਉਤਰ ਕੇ ਬੰਦਾ ਆਵੇ ਅਜੇ ਰੱਲਾ ਜੇ ਜੋਗਾ ਜੇ ਸਾਰਿਆਂ ਤੋਂ 8-9 ਕਿਲੋਮੀਟਰ ਹੀ ਪੈਂਦਾ ਤਿੰਨਾਂ ਬੁਰਜਟ ਢਿਲਵਾ ਹਾਂ ਤੇ ਮਿੱਤਰੋ ਬੁਰਜਟ ਢਿਲਵਾ ਪੁੱਛ ਕੇ ਕਿਸੇ ਤੋਂ ਵੀ ਬਾਈ ਹੋਰਿਆਂ ਕੋਲੇ ਤੁਸੀਂ ਆ ਸਕਦੇ ਹੋ ਤੇ ਮੋਬਾਈਲ ਨੰਬਰ ਤੁਹਾਨੂੰ ਦਿੱਤੇ ਪਏ ਨੇ ਕਦੇ ਵੀ ਫੋਨ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਵੀ ਇੱਕ ਵਾਰੀ ਬੰਦਾ ਨਹੀਂ ਫੋਨ ਚੱਕਦਾ ਤਾਂ 10-15 ਮਿੰਟ ਠਹਿਰ ਕੇ ਦੁਬਾਰੇ ਫੇਰ ਲਾ ਲਿਆ ਕਰੋ ਕਿਉਂ ਬੰਦਾ ਬੀਜੀ ਹੁੰਦਾ ਖੇਤੀਬਾੜੀ ਵਾਲਾ ਕੰਮ ਹੀ ਕੁਸਾ ਹੈਗਾ ਸੋ ਠੀਕ ਹੈ ਬਾਈ ਜਗਤਾਰ ਸ਼ੁਕਰੀਆ ਬਾਈ ਜਨ ਲਵ ਜੀ ਧੰਨਵਾਦ ਬਾਈ ਤੁਹਾਡਾ ਠੀਕ ਹੈ ਜਪਕੋ ਓਕੇ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਬੱਦ ਤੋਂ ਬੱਦ ਠੀਕ ਹੈ ਆਪਦੇ ਮਾਮਿਆਂ ਨੂੰ ਮਾਸੜੂਆਂ ਨੂੰ ਮਾਸੀਆਂ ਨੂੰ ਸਾਰਿਆਂ ਨੂੰ ਪਾਉਣੀ ਹੈ ਠੀਕ ਹੈ ਠੀਕ ਹੈ ਦੋਸਤੋ ਧੰਨਵਾਦ ਥੈਂਕ ਯੂ ਲਵ ਯੂ ਆਲ ਥੈਂਕ ਯੂ